ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਨੇ ਸੁਣ ਲਿਆ। ਉਹਨਾਂ ਨੇ ਫਿਰ ਉੱਥੇ ਹੀ ਮੋਰਚਾ ਲਾ ਲਿਆ। ਪਹਿਲਾਂ ਉਹਨਾਂ ਨੂੰ ਸੋਧਾ ਲਾਇਆ, ਬਾਅਦ ਵਿੱਚ ਕਹਿੰਦੇ ਵੀ ਇੱਥੇ ਹੁਣ ਖਾਲਸੇ ਦਾ ਰਾਜ ਹੋ ਗਿਆ, ਤੁਹਾਨੂੰ ਇੱਥੇ ਟੈਕਸ ਦੇ ਕੇ ਜਾਣਾ ਪਊਗਾ। ਸੋ ਇਹ ਹੈ ਭਾਈ ਤਾਰੂ ਸਿੰਘ ਜੀ ਦਾ ਪਿੰਡ ਪੂਲਾ। ਸੋ ਨਵਾਬ ਕਪੂਰ ਸਿੰਘ ਜੀ ਨੇ ਜਿਹੜੇ ਕਿ ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ, ਅਤੇ ਖਾਸ ਨੇ ਆਖਿਆ ਕਿ ਤੁਹਾਨੂੰ ਨਵਾਬੀ ਦੇਣੀ ਹੈ। ਸਾਹਿਬਜੀਤ ਸਿੰਘ ਜੀ ਰਬਾਬੀ ਅਤੇ ਨਾਲ ਉਹਨਾਂ ਦਾ ਸਾਥੀ ਕਾਕਾ। ਅੱਜ ਅਸੀਂ ਜਾ ਰਹੇ ਹਾਂ ਜੀ ਪਿੰਡ ਪਹੂ ਪਿੰਡ ਬਾਬਾ ਦੀਪ ਸਿੰਘ ਜੀ ਦੇ ਸਥਾਨ 'ਤੇ, ਜਨਮ ਸਥਾਨ 'ਤੇ ਕੀਰਤਨ ਕਰਨ ਵਾਸਤੇ, ਅਤੇ ਤੁਹਾਨੂੰ ਰਾਹ 'ਚ ਜਾਂਦੇ ਜਾਂਦੇ ਰਾਹਾਂ ਦੇ ਦਰਸ਼ਨ ਕਰਾਵਾਂਗੇ। ਅਤੇ ਆਓ ਫਿਰ ਚੱਲੀਏ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ 'ਤੇ, ਪਿੰਡ ਪਹੂ ਪਿੰਡ। ਸਾਹਿਬਜੀਤ ਸਿੰਘ ਹਾਜ਼ਰੀ ਭਰੂਗਾ ਕੀਰਤਨ ਦੀ। ਇਹ ਬੰਡਾਲਾ ਪਿੰਡ ਆ ਗਿਆ ਜੀ ਸਾਡਾ। ਬੰਡਾਲੇ ਦਾ ਵੱਡਾ ਅੱਡਾ ਹੈ ਜਿਹੜਾ ਅਸੀਂ ਕ੍ਰੋਸ ਕਰ ਰਹੇ ਹਾਂ। ਇਸ ਤੋਂ ਅੱਗੇ ਜਿਹੜਾ ਨੋਨਿਆਂ ਤੋਂ ਅੱਗੇ ਅਸੀਂ ਰਾਹ ਵਿੱਚ ਜਾ ਰਹੇ ਹਾਂ। ਇੱਥੇ ਪੈਟਰੋਲ ਪੰਪ ਤੋਂ ਆਪਾਂ ਤੇਲ ਪਵਾਵਾਂਗੇ, ਅਤੇ ਤੇਲ ਪਵਾ ਕੇ ਅਸੀਂ ਅੱਗੇ ਤੁਰਾਂਗੇ। ਸੋ ਇਹ ਜਿਹੜੀ ਨਵੀਂ ਸੜਕ ਬਣੀ ਉਹਦੇ ਥੱਲਿਓਂ ਦੀ ਅਸੀਂ ਤਰਨ ਤਾਰਨ ਵੱਲ ਨੂੰ ਜਾ ਰਹੇ ਹਾਂ, ਕਿਉਂਕਿ ਜਿਹੜੀ ਸੜਕ ਬਾਹਰ ਬਾਹਰ ਨਿਕਲ ਜਾਂਦੀ ਸ਼ਹਿਰ ਤੋਂ, ਅਸੀਂ ਸ਼ਹਿਰ ਦੇ ਵਿੱਚ ਜਾਣਾ। ਅੱਗੇ ਜਿਹੜੇ ਕਦਗਿੱਲ ਪਿੰਡ ਆ ਇਹ ਆ ਗਏ ਅਸੀਂ ਮਲੀਏ, ਤਰਨ ਤਾਰਨ ਦੇ ਬਿਲਕੁਲ ਲਾਗੇ। ਅਤੇ ਆ ਤਰਨ ਤਾਰਨ ਜੰਡਿਆਲਾ ਬਾਈਪਾਸ, ਇੱਥੋਂ ਅਸੀਂ ਹੋ ਜਾਣਾ ਜੀ ਅੰਮ੍ਰਿਤਸਰ ਬਾਈਪਾਸ ਵੱਲ ਨੂੰ। ਇਹ ਅੰਮ੍ਰਿਤਸਰ ਬਾਈਪਾਸ ਵੱਲ ਨੂੰ ਹੋ ਗਏ, ਉੱਧਰੋਂ ਅੱਗੇ ਝਬਾਲ ਨੂੰ ਹੋ ਜਾਣਾ ਸੀ। ਸੋ ਇਹ ਆ ਗਿਆ ਜੀ ਝਬਾਲ ਮੋੜ, ਸਿੱਧਾ ਝਬਾਲ ਨੂੰ ਰਸਤਾ ਜਾਂਦਾ ਹੈ ਤਰਨ ਤਾਰਨ ਸਾਹਿਬ ਤੋਂ। ਇਹ ਅਸਥਾਨ ਹੈ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਦੇ ਨਾਲ ਸੰਬੰਧਿਤ। ਜਦੋਂ ਲੋਕ ਕਹਿੰਦੇ ਸੀ ਕਿ ਜਗਰੀਆ ਖਾਨ ਨੇ ਸਿੰਘਾਂ ਦਾ ਨਾਮ ਨਿਸ਼ਾਨ ਹੀ ਮਿਟਾ ਦਿੱਤਾ, ਤਾਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਨੇ ਸੁਣ ਲਿਆ। ਉਹਨਾਂ ਨੇ ਫਿਰ ਉੱਥੇ ਹੀ ਮੋਰਚਾ ਲਾ ਲਿਆ। ਪਹਿਲਾਂ ਉਹਨਾਂ ਨੂੰ ਸੋਧਾ ਲਾਇਆ, ਬਾਅਦ ਵਿੱਚ ਕਹਿੰਦੇ ਵੀ ਇੱਥੇ ਹੁਣ ਖਾਲਸੇ ਦਾ ਰਾਜ ਹੋ ਗਿਆ, ਤੁਹਾਨੂੰ ਇੱਥੇ ਟੈਕਸ ਦੇ ਕੇ ਜਾਣਾ ਪਊਗਾ। ਤਾਂ ਇਸ ਸਥਾਨ 'ਤੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਨੇ ਉਹਨਾਂ ਮੁਸਲਮਾਨਾਂ ਤੋਂ ਟੈਕਸ ਲਿਆ ਸੀ ਜਿਹੜੇ ਕਹਿੰਦੇ ਸੀ ਖਾਲਸਾ ਖਤਮ ਹੋ ਗਿਆ। ਇਹ ਉਹ ਸਥਾਨ ਹੈ, ਆਹ ਸਥਾਨ ਨਵਾਂ ਬਣਿਆ ਪਿਛਲੇ ਬੰਨੇ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਵੀ ਆ, ਅਤੇ ਤਸਵੀਰਾਂ ਲੱਗੀਆਂ ਹੋਈਆਂ ਨੇ ਇੱਥੇ। ਜਿਹੜਾ ਖਾਲਸੇ ਦਾ ਪਹਿਲਾ ਰਾਜ ਕਾਇਮ ਕੀਤਾ ਸੀ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਨੇ, ਉਹ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਆਹ ਇਤਿਹਾਸ ਲਿਖਿਆ ਹੋਇਆ ਹੈ। ਅਤੇ ਇਸ ਸਥਾਨ 'ਤੇ ਗੁਰੂ ਨਾਨਕ ਅਕੈਡਮੀ ਬਣੀ ਹੈ ਜਿੱਥੇ ਬੱਚੇ ਪੜ੍ਹਾਈ ਕਰਦੇ ਨੇ। ਬਹੁਤ ਵਧੀਆ ਮਾਹੌਲ ਹੈ ਇੱਥੋਂ ਦਾ ਜੀ। ਸੋ ਅੱਗੇ ਆਪਾਂ ਤੁਰ ਪਏ ਹਾਂ, ਅਤੇ ਅੱਗੇ ਸੜਕ ਦਾ ਨਜ਼ਾਰਾ ਤੁਸੀਂ ਦੇਖ ਰਹੇ ਜੇ, ਅਤੇ ਇਹ ਅਸੀਂ ਆ ਗਏ ਪਿੰਡ ਝਬਾਲ। ਇਹ ਝਬਾਲ ਦਾ ਚੌਂਕ ਹੈ, ਇੱਥੋਂ ਅੰਮ੍ਰਿਤਸਰ ਨੂੰ ਰਸਤਾ ਨਿਕਲ ਜਾਂਦਾ, ਅਤੇ ਗਾਂ ਸਰਾਏ ਮਾਨਤ ਖਾਂ ਨੂੰ, ਅਤੇ ਆਪਾਂ ਮੁੜਨਾ ਖੱਬੇ ਹੱਥ, ਖੱਬੇ ਹੱਥ ਸਿੱਧਾ ਜਾਣਾ ਆਪਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ। ਇਹ ਸੜਕ ਸਿੱਧੀ ਭਿੱਖੀ ਪਿੰਡ ਚਲੀ ਜਾਣੀ ਹੈ, ਅਤੇ ਭਿੱਖੀ ਪਿੰਡ ਤੋਂ ਹੀ ਆਪਾਂ ਪਹੂ ਪਿੰਡ ਨੂੰ ਮੁੜਨਾ, ਜਿਹੜਾ ਕਿ 2-3 ਕਿਲੋਮੀਟਰ 'ਤੇ ਆ। ਹੁਣ ਆਪਾਂ ਆ ਗਏ ਜੀ ਪਿੰਡ ਸੁਰ ਸਿੰਘ, ਜਿਹੜਾ ਬਹਾਦਰ ਬਾਬਾ ਵਿਧੀ ਚੰਦ ਜੀ ਦਾ ਪਿੰਡ ਹੈ। ਬਾਬਾ ਵਿਧੀ ਚੰਦ ਜੀ ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੇਵਕ ਨੇ, ਜਿਨ੍ਹਾਂ ਨੇ
ਦੋ ਘੋੜੇ ਜਿਹੜੇ ਲੈ ਕੇ ਆਉਂਦੇ ਸੀ ਗੁਲਬਾਗ ਅਤੇ ਦਿਲਬਾਗ। ਸੋ ਇਹ ਉਹਨਾਂ ਦਾ ਪਿੰਡ ਹੈ। ਸੋ ਇਹ ਹੈ ਭਾਈ ਤਾਰੂ ਸਿੰਘ ਜੀ ਦਾ ਪਿੰਡ ਪੂਲਾ। ਪੂਲੇ ਪਿੰਡ ਨੂੰ ਰਸਤਾ ਜਾਂਦਾ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੇ ਕੇਸ ਕਤਲ ਕਰਨੇ ਚਾਹੁੰਦਾ ਸੀ ਜ਼ਕਰੀਆ ਖਾਨ, ਪਰ ਕਤਲ ਨਾ ਹੋਏ ਅਤੇ ਉਹਨਾਂ ਦਾ ਖੋਪਰਾ ਹੀ ਲਾਹ ਦਿੱਤਾ ਸੀ। ਸੋ ਚੱਲਦੇ ਚੱਲਦੇ ਅਸੀਂ ਆ ਗਏ ਜੀ ਬਿਲਕੁਲ ਲਾਗੇ ਹੀ, ਅਤੇ ਅਸੀਂ ਸੋਚਿਆ ਕਿ ਥੋੜ੍ਹਾ ਜਿਹਾ ਠਹਿਰਾਓ ਕਰ ਲਈਏ। ਤਾਂ ਸਾਹਮਣੇ ਗੇਟ ਦੇਖੋ, ਨਵਾਬ ਕਪੂਰ ਸਿੰਘ ਜੀ ਦਾ ਇਹ ਪਿੰਡ ਹੈ। ਅਤੇ ਨਵਾਬ ਕਪੂਰ ਸਿੰਘ ਜੀ ਉਹ ਨੇ ਜਿਨ੍ਹਾਂ ਨੂੰ ਖਾਲਸੇ ਨੇ ਨਵਾਬੀ ਦਿੱਤੀ ਸੀ। ਸੋ ਨਵਾਬ ਕਪੂਰ ਸਿੰਘ ਜੀ ਨੇ ਜਿਹੜੇ ਕਿ ਘੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ, ਅਤੇ ਖਾਸ ਨੇ ਆਖਿਆ ਕਿ ਤੁਹਾਨੂੰ ਨਵਾਬੀ ਦੇਣੀ ਹੈ। ਤਾਂ ਉਹਨਾਂ ਨੇ ਆਖਿਆ ਮੈਂ ਪਰ ਸੇਵਾ ਨਹੀਂ ਛੱਡਣੀ, ਨਵਾਬੀ ਜੇ ਖਾਸ ਨੇ ਦੇਣੀ ਤਾਂ ਕੋਈ ਗੱਲ ਨਹੀਂ। ਤਾਂ ਉਹ ਨਵਾਬ ਕਪੂਰ ਸਿੰਘ ਜੀ ਦਾ ਇਹ ਨਗਰ ਹੈ। ਉਹ 18ਵੀਂ ਸਦੀ ਦੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਜੀ ਦਾ ਇਹ ਪਿੰਡ ਹੈ ਸਿੰਘਪੁਰਾ। ਚਲੋ ਜੀ ਚੱਲਦੇ ਹਾਂ ਆਪਾਂ ਅੱਗੇ। ਇੱਧਰ ਨੂੰ ਮਗਰ ਇਹਨਾਂ ਬੱਚਿਆਂ ਨੇ ਕੀਰਤਨ ਕਰਨਾ ਅੱਜ, ਸਾਹਿਬਜੀਤ ਸਿੰਘ ਜੀ ਰਬਾਬੀ ਅਤੇ ਨਾਲ ਉਹਨਾਂ ਦਾ ਸਾਥੀ ਕਾਕਾ ਭਾਈ ਗੁਰਬਖਸ਼ ਸਿੰਘ ਜੀ, ਮੂੰਹ ਤੋਂ ਲਾ ਲਓ ਥੋੜ੍ਹਾ। ਇਹ ਗੁਰਬਖਸ਼ ਸਿੰਘ ਸਹਾਇਕ ਆ, ਇੱਧਰ ਭਾਈ ਸਾਹਿਬਜੀਤ ਸਿੰਘ ਜੀ ਰਬਾਬੀ। ਆਪਾਂ ਆ ਗਏ ਜੀ ਭਿੱਖੀ ਵਿੰਡ, ਭਿੱਖੀ ਵਿੰਡ ਚੌਂਕ ਦੇ ਵਿੱਚੋਂ ਆਪਾਂ ਮੁੜ ਜਾਣਾ ਜੀ ਸੱਜੇ ਪਾਸੇ, ਅਤੇ ਸੱਜੇ ਪਾਸੇ ਨੂੰ ਤਕਰੀਬਨ 3 ਕੁ ਕਿਲੋਮੀਟਰ ਦੀ ਦੂਰੀ 'ਤੇ ਜਿਹੜਾ ਬਾਬਾ ਦੀਪ ਸਿੰਘ ਦਾ ਸਥਾਨ ਹੈ ਪਿੰਡ ਪਹੂ ਵਿੰਡ। ਆ ਗਿਆ ਜੀ ਪਿੰਡ ਪਹੂ ਵਿੰਡ, ਅਤੇ ਪਿੰਡ ਪਹੂ ਵਿੰਡ ਦੇ ਵਿੱਚ ਨੂੰ ਰਸਤਾ ਜਾਂਦਾ। ਆਪਾਂ ਥੋੜ੍ਹਾ ਜਿਹਾ ਅੱਗੇ ਜਾਣਾ ਗੁਰਦੁਆਰਾ ਸਾਹਿਬ, ਉਹ ਸਾਹਮਣੇ ਤਾਂ ਨਜ਼ਰ ਆ ਰਿਹਾ ਅੱਜ ਐਤਵਾਰ ਦੇ ਕਰਕੇ ਲਾਸਟ ਐਤਵਾਰ ਜਿਹੜਾ ਚੁਪਹਿਰਾ ਸਾਹਿਬ ਦਾ ਜਾਪ ਇੱਥੇ ਹੁੰਦਾ। ਅਤੇ ਇਹ ਆ ਗਿਆ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਕਾਫੀ ਜਗ੍ਹਾ ਇੱਥੇ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੀ, ਕਾਫੀ ਖੁੱਲ੍ਹਾ ਡੁੱਲਾ ਮਾਹੌਲ ਹੈ। ਇੱਥੇ ਦੀਵਾਨ ਹਾਲ ਵੀ ਬਹੁਤ ਵੱਡਾ ਬਣਾਇਆ ਗਿਆ ਵਾ, ਅਤੇ ਇਹ ਆ ਦਰਬਾਰ ਜਿਹੜਾ ਮੇਨ ਦਰਬਾਰ ਹੈ। ਸੋ ਅਗਲੇ ਵਲੋਗ ਵਿੱਚ ਇਸ ਦਰਬਾਰ ਦੇ ਅਤੇ ਲਾਗੇ ਲਾਗੇ ਅੰਦਰ ਦੇ ਸਾਰੇ ਦਰਸ਼ਨ ਕਰਾਵਾਂਗੇ ਦੀਵਾਨ ਹਾਲ ਦੇ ਵੀ। ਸੋ ਸ਼ੇਅਰ ਜ਼ਰੂਰ ਕਰ ਦਿਓ ਜੀ, ਧੰਨਵਾਦ ਸਾਰਿਆਂ ਦਾ।